ਐਨਕਾਂ ਜੀ, ਠੰਡਾ ਕੋਕ। ਆ ਜੀ ਸਾਡੇ ਪਿਆਰੇ ਅੰਕਲ ਜੀ। ਹਾਂਜੀ ਅੰਕਲ ਜੀ, ਜਿੱਥੇ ਆਪਾਂ ਗੱਚਾ ਖਾਦੀ ਸੀ ਨਾਲ ਖੜੇ ਹੋ ਅੰਕੀ ਸਰ ਹੁਣ ਤੁਸੀਂ। ਹਾਂ ਜੀ, ਪੁੱਛੋ ਕੁਐਸਚਨ ਆਪਣੇ। ਅੰਕਲ ਜੀ ਕਿਹੜੀ ਜਗ੍ਹਾ? ਇੱਧਰ ਆਓ ਨਾ ਮੇਰੇ ਵੱਲ ਨੂੰ, ਜਿੱਦਾਂ ਮੈਂ ਖੜਾ ਹੁੰਦਾ ਉਦਾਂ ਖੜੇ ਹੋਵੋ ਨਾ ਜੀ। ਸ਼ਰਮ ਕਿਉਂ ਆਉਂਦੀ ਹੈ ਜੀ? ਪਿੱਛੇ ਵੀ ਇੱਕ ਵਾਰੀ ਨਜ਼ਾਰਾ ਦਿਖਾ ਦਿਓ ਇਹਨਾਂ ਨੂੰ। ਹੁਸ਼ਿਆਰਪੁਰ ਬਾਰੇ ਪੁੱਛੋ, ਕੀ ਹੈ ਹੁਸ਼ਿਆਰਪੁਰ ਚ ਵਧੀਆ ਚੀਜ਼ਾਂ, ਕਿੱਥੇ ਕਿੱਥੇ ਹੈ, ਮੰਦਰਾਂ ਬਾਰੇ ਪਹਿਲਾਂ ਡਿਟੇਲ ਪੁੱਛੋ ਸਾਰੀ। ਉੱਚੀ ਅੰਕਲ ਜੀ ਥੋੜ੍ਹਾ ਜਿਹਾ ਚੌਂਕ ਆ ਨਾ, ਚੌਂਕ ਇੱਧਰ ਨੂੰ ਜਾ ਕੇ ਮੰਦਰ ਕ੍ਰਿਸ਼ਨ ਭਗਵਾਨ ਸਾਈ ਬਾਬਾ, ਸਾਈ ਬਾਬੇ ਦਾ ਮੰਦਰ ਆ। ਅੱਛਾ ਜੀ, ਕੁਲੀਆਂ। ਹਾਂਜੀ, ਕੇ ਸਵਰਗਾ ਸਰਮ। ਹਾਂਜੀ, ਮੰਦਰ ਇੱਧਰ ਕੰਮ ਤੋਂ ਕੰਮ 40-50 ਮੰਦਰ ਲਾਗੇ ਲੱਗੇ ਜੀ। ਮਤਲਬ ਸਾਡੇ ਹੁਸ਼ਿਆਰਪੁਰ ਵਿੱਚ 50 ਮੰਦਰ ਹੈਗੇ ਆ ਜੀ, ਨਾਲ ਨਾਲ ਹੀ ਉਹੀ ਨਾਲ ਨਾਲ ਇਕੱਠੇ ਇਕੱਠੇ। ਮਤਲਬ ਡਰਨ ਦੀ ਲੋੜ ਨਹੀਂ ਹੈਗੀ, ਭਗਵਾਨ ਹਮੇਸ਼ਾ ਨਾਲ ਨੇ ਜੇ ਹੁਸ਼ਿਆਰਪੁਰ ਜਾ ਦਿਓ। ਬਾਕੀ ਆ ਨਾ ਸ਼ਹਿਰਾਂ ਦੇ ਮੰਦਰ, ਇੱਥੇ ਬਹੁਤ ਆ ਸ਼ਿਵਾ ਦੇ ਮੰਦਰ ਹੈਗੇ ਆ, ਸ਼ਿਵ ਜੀ ਦੇ ਮੰਦਰ। ਉਹ ਇੱਕ ਤਾਂ ਪਿੱਛੇ ਹੈਗੇ ਹੀ ਆ ਸਾਡੇ ਬੈਕ ਸਾਈਡ ਤੇ ਹੈਗੇ ਆ। ਤੇ ਤੁਸੀਂ ਹੁਸ਼ਿਆਰਪੁਰ ਚ ਕਿੰਨੇ ਟਾਈਮ ਤੋਂ ਰਹਿ ਰਹੇ ਹੋ? ਇੱਥੇ ਦੇ ਕੋਰੋਨਾ ਦੇ ਵਿੱਚ ਤੋਂ ਬਾਅਦ ਕੁਛ ਕੰਮ ਚੱਲਿਆ? ਕੋਰੋਨਾ ਤੋਂ ਬਾਅਦ ਕੰਮ ਨਹੀਂ ਚੱਲਿਆ ਜੀ, ਕਿਸੇ ਦਾ ਵੀ ਨਹੀਂ ਚੱਲਿਆ। ਕੋਰੋਨਾ ਚ ਕਿੱਦਾਂ ਗੁਜ਼ਾਰਾ, ਕੀ ਹਿਸਾਬ ਕਿਤਾਬ ਰਿਹਾ? ਸਰਕਾਰਾਂ ਨੇ ਕੋਈ ਮਦਦ ਕੀਤੀ? ਰੋਟੀ ਪਾਣੀ ਪਹੁੰਚਾਉਂਦੇ ਰਹੇ ਆ ਆਪਣੇ ਇਸ ਏਰੀਆ ਚ, ਪਹੁੰਚਾਉਂਦੇ ਰਹੇ ਜਿਹੜੇ ਜਾਂ ਹੋਰ। ਤੁਹਾਡੇ ਮਹੱਲੇ ਮਹੱਲਾ ਦਾ ਐਮਸੀ ਕਿਹੜੇ ਆ ਜੀ? ਮੁਹੱਲੇ ਦੇ ਔਰੀ ਸਾਹਿਬ ਜੀ ਨੂੰ ਸਾਡੇ ਵੱਲੋਂ, ਸਾਡੀ ਟੀਮ ਵੱਲੋਂ, ਹੁਸ਼ਿਆਰਪੁਰ ਅਪਡੇਟ ਵੱਲੋਂ ਬਹੁਤ ਬਹੁਤ ਧੰਨਵਾਦ। ਲੋਕਾਂ ਨੂੰ ਤੁਸੀਂ ਰਾਸ਼ਨ ਪਾਣੀ ਕੋਰੋਨਾ ਦੇ ਇੰਨੇ ਸੰਕਟ ਕਾਲ ਦੇ ਵਿੱਚ ਪਹੁੰਚਾਇਆ ਜੀ, ਉਹਨਾਂ ਨੂੰ ਹੱਥ ਜੋੜ ਕੇ ਤੇ ਨਮਸਤੇ ਆ ਜੀ, ਤੇ ਧੰਨਵਾਦ ਆ ਜੀ ਲੋਕਾਂ ਦੀ ਹੈਲਪ ਕੀਤੀ। ਦੁਕਾਨਾਂ ਵੀ 20-25 ਉਹਨਾਂ ਦੀਆਂ ਬਣੀਆਂ ਕਿਰਾਏ ਤੇ ਚੜੀਆਂ। ਪੁਰਾਣਾ ਮੰਦਰ ਆ। ਠੀਕ ਹੈ ਜੀ, ਤੇ ਹੋਰ ਤੁਹਾਨੂੰ ਉਹਦੇ ਨਾਲ ਗੋਪਾਲ ਮੰਦਰ ਇੱਕ ਬਣਿਆ ਆ। ਨੋਟਬੰਦੀ ਤੋਂ ਬਾਅਦ ਇੱਕ ਤਾਂ ਜੀ ਦਿੱਕਤ ਬਹੁਤ ਆਈ, ਜਿਹੜੇ ਲੋਕਾਂ ਨੂੰ 500 ਜਾਂ 2000 ਦਾ ਜਾਂ 1000 ਦਾ ਨੋਟ, ਹਾਂਜੀ, ਉਹ ਜਿਨ੍ਹਾਂ ਕੋਲੇ ਪੈਸੇ ਸੀਗੇ 500 ਦੇ ਨੋਟ ਦਾ 400 ਦਿੰਦੇ ਸੀਗੇ, 100 ਰੁਪਇਆ ਕੱਟ ਕੇ ਦਿੰਦੇ ਸੀ। ਜਿਨ੍ਹਾਂ ਦੇ ਖਾਤੇ ਹੈ ਨਹੀਂ ਸੀ, 2000 ਚੋਂ 1000 ਦੇ ਨੋਟ 200 ਰੁਪਇਆ ਕੱਟ ਕੇ ਦਿੱਤੇ ਸੀ, ਜਿਨ੍ਹਾਂ ਕੋਲ ਸੀਗੇ ਖਾਤੇ ਹੈ ਨਹੀਂ, ਜਮ੍ਹਾਂ ਨਹੀਂ ਹੋਏ। ਮਤਲਬ ਮੁਸ਼ਕਿਲ ਹੋਈ ਬੜੀ, ਮੁਸ਼ਕਿਲ ਹੋਈ। ਇਹਨਾਂ ਦੇ ਖਾਤੇ ਹੈ ਨਹੀਂ, ਤੁਹਾਡੇ ਖਾਤੇ 'ਚ ਜਮ੍ਹਾਂ ਕਰਾਤੇ, ਉਹਨਾਂ ਨੇ ਪੈਸੇ ਹੀ ਨਹੀਂ ਮੋੜੇ ਉਹਨਾਂ ਨੇ। ਤੇ ਦੂਸਰੀ ਗੱਲ ਅੰਕਲ ਜੀ, ਕੋਰੋਨਾ ਤੋਂ ਬਾਅਦ ਹੁਣ ਕਾਫੀ ਟਾਈਮ ਹੋ ਚੁੱਕਾ ਕਿ ਆਪਣਾ ਖੁੱਲ ਚੁੱਕਾ ਆ, ਤੇ ਕੀ ਕੰਮ ਕਾਰ ਚ ਥੋੜਾ ਬਹੁਤਾ ਰਿਸਪੌਂਸ, 10%, 20%, 30%? ਕੰਮ ਤਾਂ ਬਿਲਕੁਲ ਹੀ ਹੈ ਨਹੀਂ, ਕਿਸੇ ਦਾ ਦੁਕਾਨ ਵਾਲੇ ਦਾ ਕੰਮ ਹੈ ਨਹੀਂ। ਕੰਮ ਕਾਰ ਦੀ ਮੁਸ਼ਕਿਲ ਹੈ, ਬਹੁਤ ਜ਼ਿਆਦਾ ਮੁਸ਼ਕਿਲ ਆ। ਰੋਟੀ ਕਮਾ ਕੇ ਖਾਣੀ ਬੜੀ ਮੁਸ਼ਕਿਲ ਆ, ਜੋੜਨਾ ਤੱਕ ਪਾਸੇ ਰਹੇ ਆ, ਇਹਦਾ ਮੁਸ਼ਕਿਲ ਹੈ ਜੀ। ਹੁਣ ਪਰਿਵਾਰ ਚਲਾਉਣਾ ਮੁਸ਼ਕਿਲ ਹੋਇਆ ਹੋਇਆ ਇਸ ਤੋਂ ਬਾਅਦ। ਠੀਕ ਹੈ ਜੀ ਅੰਕਲ ਜੀ, ਤੁਹਾਡਾ ਆਪਣਾ ਨਾਮ ਦੱਸੋ ਜੀ। ਮੇਰਾ ਨਾਮ ਹੈ ਬਲਦੇਵ ਸਿੰਘ। ਪ੍ਰਮੋਟ ਕਰੀਦਾ ਆ, ਤੇ ਉਹਦੇ ਨਾਲ ਕੀ ਕਰਦੇ ਕਿ ਅਸੀਂ ਉਹਨਾਂ ਤੋਂ ਸਮਾਨ ਖਰੀਦਦੇ ਹਾਂ। ਸਾਨੂੰ ਚਾਹੀਦਾ ਆ ਕਿ ਅਸੀਂ ਹਰ ਇੱਕ ਲੈਵਲ ਤੋਂ, ਹਰ ਇੱਕ ਛੋਟੀ ਦੁਕਾਨ ਤੋਂ, ਵੱਡੀ ਦੁਕਾਨ ਤੋਂ ਅਸੀਂ ਸਮਾਨ ਖਰੀਦੀਏ, ਤਾਂ ਕਿ ਉਹਨਾਂ ਦਾ ਰੋਜ਼ਗਾਰ ਵੀ ਚੱਲੇ। ਵੱਡੀਆਂ ਦੁਕਾਨਾਂ ਦਾ ਕੰਮ ਫਿਰ ਵੀ ਚੱਲ ਜਾਂਦਾ ਆ, ਪਰ ਜਿਹੜੀਆਂ ਛੋਟੀਆਂ ਦੁਕਾਨਾਂ ਆ, ਦੇਖ ਲਓ ਕੋਰੋਨਾ ਤੋਂ ਬਾਅਦ ਹਜੇ ਤੱਕ ਉਹ ਆਪਣੀ ਮਾਰ ਝੱਲ ਰਹੇ ਨੇ। ਠੀਕ ਹੈ ਜੀ, ਅਤੇ ਅਸੀਂ ਮਿਲ ਕੇ
वादा करना है कि असि हर एक दुकान प्रमोट करना है। की कहंदे अंकी जी? मैं तो जस्ट ये कहना जी, करोना हुण ना ही आवे। करोना आएगा तो फिर गरीबी फिर आएगी, ठीक है जी। हुण कई बंदिया का मानना है कि करोना आंदा जी, नाल ही वोटां चलदियां ने, करोना आ जांदा है, ठीक है जी। हुण सानू नहीं पता की इहदे पिछे सच है की झूठ है जी। आपां तां जस्ट ये कहने जी, हर एक बंदे की हैल्प करो, ठीक है जी। हथ नूं हथ है तां ही दुनिया चलेगी। प्यार होना चाहिए लोगों के बीच। हथ नूं लत्त नहीं, हाँ जी संतरा लेना है हमें भी। ये देखो जी संतरा ले रहे हैं। दो अंकल जी संतरा दो जी, इन्हां नूं इक्की दोनों नूं लो। ये दो जी, दे दो संतरा दे। ठीक है, खुश हो? खुश है। अच्छा लगा? अच्छा लगा। ओके बाय। मैं बच्चे पैसे दिते। ठीक है जी अंकल जी, धन्यवाद जी, बहुत बहुत।